ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਆਪ ਸਭ ਜੀ ਦਾ ਤੁਹਾਡੇ ਆਪਣੇ ਪੀਪੀ ਕੇ ਚੈਨਲ ਤੇ। ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੁਹਾਡੇ ਲਈ ਹਾਜ਼ਰ ਹਾਂ ਜੀ। ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਪਲੇਲਿਸਟਾਂ ਜਿਹੜੀਆਂ ਅਸੀਂ ਬਣਾਈਆਂ ਹੋਈਆਂ ਨੇ ਉਹ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਕਿੱਦਾਂ ਤੁਸੀਂ ਚੈਪਟਰ ਬਾਏ ਚੈਪਟਰ ਆਪਣੀ ਪਤੈਂਤੇ ਦੀ ਤਿਆਰੀ ਕਰ ਸਕਦੇ ਹੋ। ਸੋ ਚਲੋ ਸ਼ੁਰੂ ਕਰਦੇ ਹਾਂ ਜੀ। ਇਹਦੇ ਸਰਚ ਬਾਰ ਯੂਟਿਊਬ ਖੋਲ ਕੇ ਤੁਸੀਂ ਆਪਣੇ ਸਰਚ ਬਾਰ 'ਤੇ ਲਿਖਣਾ ਹੈ ਪੀਵੀ ਕੇ ਚੈਨਲ। ਟੋਪ 'ਤੇ ਚੈਨਲ ਆ ਗਿਆ ਜੀ। ਸੋ ਕਲਿੱਕ ਕਰ ਲਾਂਗੇ ਜੀ ਆਪਾਂ ਚੈਨਲ 'ਤੇ। ਓਕੇ ਜੀ, ਇੱਥੇ ਹੁਣ ਤੁਸੀਂ ਦੇਖ ਰਹੇ ਹੋ ਹੋਮ ਵੀਡੀਓਜ਼ ਅਤੇ ਪਲੇਲਿਸਟ। ਪਲੇਲਿਸਟ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਤਿੰਨ ਪਲੇਲਿਸਟਾਂ ਮਿਲਣਗੀਆਂ ਪਤੈਂਤੇ ਨਾਲ ਰਿਲੇਟਡ। ਇਹ ਸਾਡੀ ਮੈਸ਼ਅਪ ਬਦਲੇ ਵੀ ਆ, ਸੌਂਗਸ ਵਗੈਰਾ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਮਿਕਸ ਕੀਤੇ ਹੋਏ। ਉਸ ਤੋਂ ਬਾਅਦ ਇੱਥੇ ਉੱਤੇ ਪਤੈਂਤੇ ਬੀਨ ਪੰਜਾਬੀ ਫ੍ਰੀ, ਇਹਦੇ ਸਾਰੇ ਦੀ ਸਾਰੀ ਵੀਡੀਓ ਜਿਹੜੀ ਅਸੀਂ ਅਪਲੋਡ ਕਰ ਰਹੇ ਹਾਂ ਉਹ ਇਹਦੇ 'ਚ ਅਪਡੇਟ ਹੋ ਰਹੀਆਂ ਨੇ। ਅਤੇ ਦੂਜੀ ਸਾਡੀ ਪਲੇਲਿਸਟ ਆ ਜੀ ਪਤੈਂਤੇ ਇਨ ਪੰਜਾਬੀ ਫ੍ਰੀ ਚੈਪਟਰ 3, ਠੀਕ ਹੈ ਜੀ। ਸਿਰਫ ਇਹਦੇ ਤੀਸਰਾ ਚੈਪਟਰ ਹੋਏਗਾ ਪਤੈਂਤੇ ਇਨ ਪੰਜਾਬੀ ਫ੍ਰੀ ਚੈਪਟਰ ਨੰਬਰ 2, ਠੀਕ ਹੈ ਜੀ। ਇਹਦੇ ਸਾਰਾ ਦੂਸਰਾ ਚੈਪਟਰ ਹੋਏਗਾ ਸੇਮ ਉਵੇਂ ਹੀ ਪਤੈਂਤੇ ਇਨ ਪੰਜਾਬੀ ਫ੍ਰੀ ਚੈਪਟਰ ਨੰਬਰ 1, ਠੀਕ ਹੈ ਜੀ। ਇਹਦੇ 'ਚ ਸਾਰੇ ਨੰਬਰ 1 ਚੈਪਟਰ ਹੋਏਗਾ, ਇਹਦੇ 'ਚ ਪੂਰਾ ਚੈਪਟਰ 1, ਚੈਪਟਰ 2 ਅਤੇ ਚੈਪਟਰ 3 ਹੋਏਗਾ। ਅਤੇ ਇਹ ਜਿਹਦੇ 'ਚ ਸਾਰੀ ਕੰਪਲੀਟ ਵੀਡੀਓ ਅਸੀਂ ਪਾਉਂਦੇ ਰਹਾਂਗੇ। ਸੋ ਅਗਰ ਕਿਸੇ ਮੇਰੇ ਭੈਣ ਭਰਾ ਨੂੰ ਵੀਡੀਓ ਨਹੀਂ ਲੱਭ ਰਹੀਆਂ ਤਾਂ ਉਹ ਇੱਥੋਂ ਦੀ ਜਾ ਕੇ ਲੱਭ ਸਕਦੇ ਨੇ ਆਸਾਨੀ ਨਾਲ। ਜਿਵੇਂ ਅਸੀਂ ਚੌਥਾ ਚੈਪਟਰ ਅਪਲੋਡ ਕਰਾਂਗੇ, ਜਿਵੇਂ ਕਿ ਅੱਜ ਦੀ ਵੀਡੀਓ ਵਿੱਚ ਆਪਣਾ ਤੀਸਰਾ ਚੈਪਟਰ ਕੰਪਲੀਟ ਹੋ ਜਾਏਗਾ, ਫਿਰ ਇੱਥੇ ਇੱਕ ਹੋਰ ਪਲੇਲਿਸਟ ਬਣ ਜਾਏਗੀ ਜਿਹੜੀ ਚੌਥੇ ਚੈਪਟਰ ਨੂੰ ਰਿਲੇਟਡ ਹੋਏਗੀ, ਠੀਕ ਹੈ। ਚੌਥੇ ਨੰਬਰ ਚੈਪਟਰ ਦੀ ਜਿੰਨੀ ਵੀਡੀਓ ਹੋਣਗੀਆਂ ਉਹ ਆਪਾਂ ਸਾਰੀ ਇੱਥੇ ਅਪਡੇਟ ਕਰਾਂਗੇ। ਵੀਡੀਓ 'ਤੇ ਅਸੀਂ ਪਾਈ ਰਹੇ ਹਾਂ ਅਤੇ ਪੂਰੇ ਦਾ ਪੂਰਾ ਪਤੈਂਤੇ ਕਰਵਾ ਕੇ ਹੀ ਤੁਹਾਨੂੰ ਛੱਡਾਂਗੇ, ਪੂਰੀ ਦੀ ਪੂਰੀ ਵੀਡੀਓ ਬਣਾ ਕੇ ਹੀ ਛੱਡਾਂਗੇ ਇੱਥੇ। ਪਰ ਤੁਸੀਂ ਇੱਕ ਛੋਟੀ ਜਿਹੀ ਸਹਾਇਤਾ ਕਰਨੀ ਸਾਡੀ, ਜਿਹੜੀ ਆ ਲਾਲ ਬਟਨ ਨਾ ਸਬਸਕ੍ਰਾਈਬ ਦਾ, ਇਹ ਲਾਲ ਬਟਨ ਨੂੰ ਲਾਲ ਨਹੀਂ ਰਹਿਣ ਦੇਣਾ, ਇਹਦੇ 'ਤੇ ਕਲਿੱਕ ਕਰੋ ਅਤੇ ਸਾਨੂੰ ਸਬਸਕ੍ਰਾਈਬ ਕਰੋ। ਸੋ ਐਸੀ ਆਪਣਾ ਜੀ ਛੋਟਾ ਜਿਹਾ ਟਿਊਟੋਰੀਅਲ ਤੁਹਾਨੂੰ ਦੱਸਣ ਲਈ ਵੀ ਕਿਵੇਂ ਤੁਸੀਂ ਸਾਰੀ ਵੀਡੀਓਜ਼ ਦੇਖ ਸਕਦੇ ਹੋ ਪਤੈਂਤੇ ਦੀਆਂ। ਸੋ ਚਲੋ ਜੀ, ਹੁਣ ਖਤਮ ਕਰੀਏ ਫਟਾਫਟ ਤੀਸਰੇ ਚੈਪਟਰ ਨੂੰ ਅੱਜ ਦੇ ਐਪੀਸੋਡ ਨਾਲ। ਚਲੋ ਸ਼ੁਰੂ ਕਰਦੇ ਹਾਂ ਜੀ ਪਤੈਂਤੇ ਇਨ ਪੰਜਾਬੀ। ਸੋ ਜੀ 177 ਨੰਬਰ ਕੰਪਲੀਟ ਹੋ ਗਿਆ ਸੀ, ਵੱਧਦੇ 178 ਨੰਬਰ ਪੇਜ 'ਤੇ। ਸੇਨਿਆਰੇ ਦੀ ਪਾਸੋ ਕਰਾਬਿਲੇ, ਆਪਾਂ ਪਹਿਲਾਂ ਹੀ ਪੜਿਆ ਹੋਇਆ ਪਿਛਲੀਆਂ ਵੀਡੀਓ ਵਿੱਚ। ਜਿਹਨੇ ਅੱਜ ਤੱਕ ਨਹੀਂ ਦੇਖੇ ਪਿਛਲੇ ਐਪੀਸੋਡ, ਪਹਿਲਾਂ ਪਿਛਲੇ ਐਪੀਸੋਡ ਦੇਖਣ, ਫਿਰ ਹੀ ਅਸੀਂ ਵੀਡੀਓ ਨੂੰ ਖੋਲਣ, ਤਾਂ ਜੋ ਤੁਹਾਨੂੰ ਹਰ ਇੱਕ ਗੱਲ ਦਾ, ਹਰ ਇੱਕ ਨਿੱਕੀ ਨਿੱਕੀ ਗੱਲ ਦਾ ਤੁਹਾਨੂੰ ਪਤਾ ਲੱਗ ਸਕੇ। ਸੋ ਆਪਣੇ ਵੱਲੋਂ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਜੀ, ਜਾਂ ਗੇਟਾਂ ਦੇ ਅੱਗੇ ਲੱਗੀ ਹੁੰਦੀ ਹੈ ਜਿੱਥੇ ਤੁਸੀਂ ਫਿਰਮਾਤਾ ਤਾਂ ਕਰ ਸਕਦੇ ਹੋ ਪਰ ਸੁਸਤਾ ਨਹੀਂ ਕਰ ਸਕਦੇ, ਠੀਕ ਹੈ ਜੀ। ਮਤਲਬ ਗੱਡੀ ਉੱਥੇ ਪਾਰਕਿੰਗ ਕਰਕੇ ਛੱਡ ਕੇ ਨਹੀਂ ਜਾ ਸਕਦੇ। ਸੋ ਚਲੋ ਠੀਕ ਹੈ ਜੀ, ਵਧਦੇ ਹਾਂ ਪਹਿਲੇ ਕੁਸ਼ਚਨ ਨਾਲ। ਇਲਸੇ ਨਿਆਲੇ ਦਾ ਫਿਗਰਾ ਤਾਂ ਵੀ ਤਾਲਾ ਸੁਸਤਾ ਨਾ ਲੂਗੋ ਦੋਵੇ ਪੋਸਤੋ, ਕਹਿੰਦਾ ਜੀ ਬਣਾਈਏ ਸੁਸਤਾ ਕਰਨ ਦੀ, ਲੂਗੋ ਜਗ੍ਹਾ ਦੋਵੇ ਜਿੱਥੇ ਐ ਪੋਸਤੋ, ਜਿੱਥੇ ਨਿਸ਼ਾਨ ਲੱਗਿਆ ਉੱਥੇ ਤੁਸੀਂ ਸੁਸਤਾ ਨਹੀਂ ਕਰ ਸਕਦੇ। ਵੇਰੋ ਇਲਸੇ ਨਿਆਲੇ ਦਾ ਫਿਗਰਾ ਤੋਂ ਇੰਦੀ ਕਲਾ ਜ਼ੋਨਾ ਪਰ ਲਚੈਸੋ ਦੇ ਵੀਕੋਲੀ ਅਲੇ ਪ੍ਰੋਪਰੇਤਾ ਲਤੇਰਾ ਦੀ, ਕਹਿੰਦਾ ਜੇ ਇੱਕ ਜ਼ੋਨ ਆ ਐਂਟਰੀ ਕਰਨ ਨੂੰ ਗੱਡੀਆਂ ਦੀ, ਪ੍ਰੋਪਰੀਅਤਾ ਲਤੇਰਾ ਲਈ ਜਿਹੜੀ ਪ੍ਰੋਪਰਟੀ ਜਿਹੜੀ ਸਾਈਡ ਵਿੱਚ ਬਣੀ ਜਿਹੜੀ ਪ੍ਰੋਪਰਟੀ ਜਿਹੜੀ ਜਗ੍ਹਾ ਹੈ ਉਹਦੇ 'ਚ ਐਂਟਰੀ ਕਰਨ ਨੂੰ ਇੱਕ ਜਗ੍ਹਾ ਹੈ, ਇੱਕ ਜ਼ੋਨ ਹੈ, ਠੀਕ ਹੈ ਜੀ। ਵੇਰੋ ਇਲਸੇ ਨਿਆਲੇ ਦਾ ਫਿਗਰਾ ਤੋਂ ਇੰਦੀ ਕਲਾ ਜ਼ਬੋਕੋ ਜੋ ਉਹਨੂੰ ਪਾਸੋ ਕਰ ਰਹਾ ਵੀ ਲੈ, ਜ਼ਬੋਕੋ ਮੂੰਹ ਪਾਸੋ ਕਰਾ ਵੀ ਲੈ, ਵੀ ਇੱਕ ਦਾਖਲੀ ਦਾ ਰਸਤਾ ਹੈ, ਠੀਕ ਹੈ ਜੀ। ਮਤਲਬ ਕਿ ਜੇ ਇੱਕ ਮੂੰਹ ਹੈ ਦਾਖਲੀ ਦਾ, ਠੀਕ ਹੈ ਜੀ, ਮਤਲਬ ਦਾਖਲੀ ਦਾ ਇੱਕ ਰਸਤਾ ਹੈ ਇਧਰਲੇ ਪਾਸੇ, ਠੀਕ ਹੈ ਜੀ। ਵੇਰੋ ਇਲਸੇ ਨਿਆਲੇ ਦਾ ਫਿਗਰਾ ਤੋਂ ਕੌਨਸੇਨ ਤੇਲਾ ਫਿਰਮਾਤਾ ਪੁਰਕੇ ਇਲਵੀ ਕੋਲੋ ਨੋਨ ਸੀਆ ਇੰਤਰਾਲਚੋ, ਕਹਿੰਦਾ ਜੀ ਇਜਾਜ਼ਤ ਹੈ ਫਿਰਮਾਤਾ ਕਰਨ ਦੀ ਸ਼ਰਤ ਹੈ ਕਿ ਗੱਡੀ ਨੋਨ ਸੀਆ ਦੀ ਇੰਤਰਾਲਚੋ ਵੀ ਰੁਕਾਵਟ ਨਾ ਬਣੇ, ਠੀਕ ਹੈ ਜੀ। ਵੇਰੋ ਇਲ ਸੇਨਿਆਲੇ ਦਾ ਫਿਗਰਾ ਤੋਂ ਪੈਰਾ ਸਰੇ ਵਾਲੀ ਦੋ ਦੇਵੇ ਕੌਂਤੇਨੇ ਰੇਲ ਇੰਡੀਕਾਸੀਓਨੇ ਦੇ ਲੈਂਤੇ ਕਿ ਆ ਕੌਂਚੈਸੋ ਲੋਟਰੀਜ਼ਾਸੀਓਨੇ ਇਲ ਨੂਮਰੋ ਇਲ ਲਾਨੋ ਦੇ ਰਿਲਾਸ਼ੋ। ਹੁਣ ਇੱਥੇ ਉਹ ਕੀ ਕਹਿੰਦਾ ਜੀ, ਪੈਰਾ ਸਰੇ ਵਾਲੀ ਦੋ ਵੀ ਸਹੀ ਰਹਿਣ ਲਈ ਦੇਵੇ ਕੌਂਤੇਨੇ ਰੇ ਹੋਣਾ ਚਾਹੀਦਾ, ਰੱਖਣਾ ਚਾਹੀਦਾ ਇੰਡੀਕਾਸੀਓਨੇ ਦੇ ਲੈਂਤੇ, ਇਨਤੇ ਤੁਸੀਂ ਕਮੂਨੀ ਵਾਲੇ ਕਹਿ ਲਓ। ਕਹਿੰਦਾ ਜੀ ਉਹਨਾਂ ਦੇ ਦੁਆਰਾ ਜਿਹੜੀ ਇੰਡੀਕੇਸ਼ਨ ਦਿੱਤੀਆਂ ਜਾਂਦੀਆਂ ਨੇ, ਮਤਲਬ ਕਿ ਜਿਹੜੀ ਪਨੈਲੋ ਆਪਾਂ ਨੂੰ ਸਾਈਡ ਵਿੱਚ ਦਿਖਾਈ ਗਈ ਹੈ ਉਹਦੀ ਗੱਲ ਕਰਨਾ ਆਪਾਂ ਇੱਥੇ, ਕਿ ਆ ਕੌਂਚੈਸੋ ਉਤਰੀਜ਼ਾਸੀਓਨੇ ਵੀ ਜਿਹਨੇ ਅਥੋਰਟੀ ਦਿੱਤੀ ਆ ਨੰਬਰ ਦੀ ਨੂਮਰੋ ਨੰਬਰ ਦੀ ਇਹ ਦਿਲਾਨੋ ਰਿਲਾਸ਼ੋ ਵੀ ਜਿਹੜਾ ਸਾਲ ਜਿਹਦੇ ਵਿੱਚ ਇਹ ਦਿੱਤਾ ਗਿਆ ਸੀ। ਹੁਣ ਇੱਥੇ ਉਹ ਕਿਹਦੀ ਗੱਲ ਕਰਦਾ ਬਾਈ ਜੀ, ਇੱਧਰ ਦੇਖੋ ਪਨੈਲੋ ਦੇ ਨੀਚੇ ਇੱਕ ਛੋਟਾ ਜਿਹਾ ਨੰਬਰ ਦਿੱਤਾ ਹੋਇਆ 1994, ਇਹ ਨੰਬਰ ਹੈ ਸਾਲ ਦਾ ਅਤੇ ਇਹ ਨੰਬਰ ਜਿਹੜਾ ਬੰਦੇ ਦਾ ਜਿਹੜਾ ਅਥੋਰਟੀ ਨੰਬਰ ਹੈ ਜਿਹੜਾ, ਠੀਕ ਹੈ ਜੀ, ਇਹ ਸਾਲ ਨੂੰ ਇੰਡੀਕੇਟ ਕਰਦਾ ਅਤੇ ਇਹ ਨੰਬਰ ਨੂੰ ਇੰਡੀਕੇਟ ਕਰਦਾ, ਜਿਵੇਂ ਕੋਈ ਕਹਿੰਦਾ ਪਿਆ ਇਹ ਨੰਬਰ ਐਲਾਨੋ ਦ ਰਿਲਾਸ਼ੋ, ਠੀਕ ਹੈ ਜੀ, ਜਿਹੜੇ ਸਾਲ 'ਚ ਆਪਣੇ ਵੱਲੋਂ ਲੱਗੀ ਸੀ ਉਹ ਸਾਲ, ਠੀਕ ਹੈ ਜੀ। ਮਤਲਬ ਜੇਕਰ ਤੁਸੀਂ ਸਹੀ ਰਹਿਣਾ ਚਾਹੁੰਦੇ ਹੋ, ਵੈਲਿਡ ਹੋਣਾ ਚਾਹੁੰਦੇ ਹੋ, ਆਪਣੇ ਵੱਲੋਂ ਸਹੀ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜਿਹੜੀ ਆਪਣੇ ਐਲ ਓ ਏ ਜਿਹਦੇ 'ਤੇ ਨੰਬਰ ਅਤੇ ਸਾਲ ਉਹ ਦੋਨੋਂ ਲਿਖੇ ਹੋਣੇ ਚਾਹੀਦੇ, ਮਤਲਬ ਕਿ ਇੱਕ ਪ੍ਰੋਪਰ ਆਥੋਰਾਈਜ਼ਡ ਪਨੈਲੋ ਹੈ ਹੋਣੀ ਚਾਹੀਦੀ ਹੈ, ਸਾਰੀ ਜਿਹੜੀ ਪਨੈਲੋ ਹੈ ਆਥੋਰਾਈਜ਼ ਹੋਣੀ ਚਾਹੀਦੀ ਹੈ, ਜਿਵੇਂ ਕਿ ਲਿਖਿਆ ਕਮੂਨੇ ਦੀ ਰੋਮਾ ਅਤੇ ਨੀਚੇ ਨੰਬਰ ਲਿਖਿਆ ਹੋਇਆ ਜਿਹੜਾ ਉਹਨਾਂ ਨੇ ਗ੍ਰਾਂਟ ਕੀਤਾ, ਠੀਕ ਹੈ ਜੀ। ਕਹਿੰਦਾ ਜੀ ਜੇਕਰ ਆਪਣੇ ਵੱਲੋਂ ਸਹੀ ਹੋਏਗੀ ਤਾਂ ਉਹਦੇ ਨੀਚੇ ਇੱਕ ਨੰਬਰ, ਉਹਦੇ ਨੀਚੇ ਨੰਬਰ ਅਤੇ ਇੱਕ ਸਾਲ ਜ਼ਰੂਰ ਲਿਖਿਆ ਹੋਏਗਾ, ਠੀਕ ਹੈ ਜੀ। ਸੋ ਉਹ ਕਹਿੰਦਾ
ਵੀ ਜਿਹੜੇ ਇੰਡੀਕੇਟ ਕੀਤੇ ਗਏ ਨੰਬਰ ਹੁੰਦੇ ਨੇ ਕਮੂਨਿਆਂ ਵਾਲਿਆਂ ਵੱਲੋਂ ਉਹ ਨੀਚੇ ਹੋਣੇ ਜ਼ਰੂਰੀ ਨੇ, ਸਹੀ ਤਰੀਕੇ ਨਾਲ ਉਹ ਨੀਚੇ ਨੰਬਰ ਹੋਣੇ ਜ਼ਰੂਰੀ ਨੇ। ਵੇਰੋ ਇਲ ਸਿਨਾ ਨੇ ਰਫੀਗੁਰਾ ਤੋਂ ਹੈ ਪੋਸਟੋ ਸੁਲਤਾਨ ਤੋਂ, ਨਾਲੇ ਇਸ ਤਰ੍ਹਾਂ ਦੇ ਰੁਬਾਣੇ ਕਹਿੰਦਾ ਸਿਰਫ ਸਤਰਾ ਦੇ ਰੁਬਾਣੇ ਤੇ ਲੱਗਾ ਹੁੰਦਾ, ਸੁਲਤਾਨ ਤੋਂ ਆ ਗਿਆ ਫਾਲਸ ਹੋ ਗਿਆ। ਠੀਕ ਹੈ ਜੀ, ਇਲ ਸਿਨਾ ਨੇ ਰਫੀਗੁਰਾ ਤੋਂ ਵਾਲੇ ਸੋਲੋ ਨਾਲੇ ਹੋਰ ਹੈ ਦੂਰ ਨੇ ਕਹਿੰਦਾ ਦੇਣ ਦੇ ਟਾਈਮ ਹੀ ਮਿਲਣੇ ਸਿਰਫ, ਸੋਲੋ ਆ ਗਿਆ ਫਾਲਸ। ਸੋਲੋ ਦਾ ਮਤਲਬ ਇਹ ਨਹੀਂ ਵੀ ਸੋਲੋ ਆਇਆ ਤਾਂ ਹਮੇਸ਼ਾ ਹੀ ਫਾਲਸ ਹੋਏਗਾ, ਨਹੀਂ ਸੋਲੋ ਆਏਗਾ ਤਾਂ ਮਤਲਬ ਤੁਹਾਨੂੰ ਵੇਖਣਾ ਪੈਣਾ ਵੀ ਕੁਸ਼ਚਨ ਕਿਹੜੇ ਤਰੀਕੇ ਨਾਲ ਉਹਨੇ ਕੀਤਾ। ਸੋਲੋ ਆਏਗਾ ਮਤਲਬ ਤੁਸੀਂ ਚੁਕੰਨੇ ਹੋ ਜਾਣਾ ਵੀ ਕੁਛ ਨਾ ਕੁਛ ਉਹਨੇ ਗੜਬੜ ਕੀਤੀ ਹੈ। ਵਾਲੇ ਸੋਲੋ ਨਾਲੇ ਹੋਰ ਹੈ ਨੋ ਤੁਰ ਨੇ ਵੀ ਰਾਤ ਦੇ ਟਾਈਮ ਵੇਲੇ ਸਿਰਫ, ਫਾਲਸੋ। ਇਲਸੇ ਵਾਲੇ ਰਿਫਿਗੁਰਾ ਤੋਂ ਕੌਨਸੈਂਟੇ ਲਾ ਸੋਸਤਾ ਆਈ ਪਰਟੀਕੁਲਾਰੀ ਕੈਟਗਰੀ ਦੀ ਵੀ ਕੋਲੀ, ਕਹਿੰਦਾ ਜੀ ਇਜਾਜ਼ਤ ਦਿੰਦਾ ਸੋਸਤਾ ਕਰਨ ਦੀ ਪਰਟੀਕੁਲਾਰ ਖਾਸ ਤੌਰ ਤੇ ਕੈਟਗਰੀ ਦੀ ਗੱਡੀਆਂ ਨੂੰ ਵੀ ਕੁਛ ਸਪੈਸ਼ਲ ਗੱਡੀਆਂ ਨੂੰ ਇੱਥੇ ਸੋਸਤਾ ਕਰਨ ਦੀ ਇਜਾਜ਼ਤ ਹੈ, ਫਾਲਸੋ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ। ਇਲਸੇ ਵਾਲੇ ਰਫਿਗੁਰਾ ਤੋਂ ਕੌਨਸੈਂਟੇ ਲਾ ਸੋਸਤਾ ਆਈ ਵੀ ਕੋਲੀ ਦੀ ਵੀ ਤੀ ਅਲ ਪ੍ਰੋਂਟੋ ਸਕੋਰਸੋ ਨੋਨ ਇਨ ਸਰਵਿਸਿਓ, ਕਹਿੰਦਾ ਜੀ ਇਜਾਜ਼ਤ ਹੈ ਸੋਸਤਾ ਕਰਨ ਦੀ ਗੱਡੀਆਂ ਨੂੰ ਜਿਹੜੀਆਂ ਬਣਾਈਆਂ ਹੈਗੀਆਂ ਨੇ, ਪ੍ਰੋਂਟੋ ਸਕੋਰਸੋ ਬਦਲੇ ਨੋਨ ਇਨ ਸਰਵਿਸਿਓ ਜਿਹੜੀ ਸਰਵਿਸ ਵੀ ਨਹੀਂ ਹੈਗੀਆਂ। ਠੀਕ ਹੈ ਜੀ, ਕਹਿੰਦਾ ਉਹਨਾਂ ਨੂੰ ਇਜਾਜ਼ਤ ਹੈ, ਨਹੀਂ ਜੀ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ, ਫਾਲਸੋ। ਇੱਕ ਗੱਲ ਹੋਰ ਯਾਦ ਰੱਖਿਓ ਜੀ, ਇੱਥੇ ਪਾਰਕਿੰਗ ਜਿਹੜੀ ਹੈ ਔਥੋਰਾਈਜ਼ ਜਿਹੜੀ ਪਨੈਲ ਹੁੰਦੀ ਹੈ ਇੱਥੇ ਪਾਰਕਿੰਗ ਪ੍ਰੋਪਰਟਾਰੀ ਉਹ ਵੀ ਨਹੀਂ ਲਗਾ ਸਕਦਾ। ਠੀਕ ਹੈ ਜੀ, ਜਿਹੜਾ ਪਨੈਲ ਦਾ ਮਾਲਕ ਹੈ ਜਿਹਨੇ ਪਨੈਲ ਲਵਾਈ ਹੈ ਉਹ ਵੀ ਨਹੀਂ ਇੱਥੇ ਪਾਰਕਿੰਗ ਕਰ ਸਕਦਾ। ਠੀਕ ਹੈ ਜੀ, ਵਧਿਆ ਆ ਗਿਆ 178 ਕੰਪਲੀਟ ਹੋ ਗਿਆ। ਇਲ ਸਿਨਿਆਰੇ ਦੀ ਸੋਸਤਾ ਕੌਨਸੈਂਟੀਤਾ ਆਈ ਪਰਟੀਕੁਲਾਰੀ ਕੈਟਗਰੀ ਹੈ। ਠੀਕ ਹੈ ਜੀ, ਵੀ ਸੋਸਤਾ ਇਜਾਜ਼ਤ ਦਿੱਤੀ ਹੈ ਸਪੈਸ਼ਲੀ ਕੈਟਗਰੀ ਵਾਲੀ ਗੱਡੀਆਂ। ਠੀਕ ਹੈ ਜੀ, ਸੋਸਤਾ ਇਜਾਜ਼ਤ ਹੈ ਅਪਾਹਿਜ ਨੂੰ। ਠੀਕ ਹੈ ਜੀ, ਅਪਾਹਿਜ ਜਿਹੜੇ ਹੋਣਗੇ ਉਹ ਇੱਥੇ ਸੋਸਤਾ ਕਰ ਸਕਦੇ। ਵਧਦੇ ਆ ਪਹਿਲੇ ਕੁਸ਼ਚਨ ਨਾਲ। ਇਲ ਸਿਨਿਆਰੇ ਰਫੀਗੁਰਾ ਤੋਂ ਕੌਨਸੈਂਟੇ ਲਾ ਸੋਸਤਾ ਆਈ ਵੀ ਕੁਲੀ ਅਲ ਸਰਵਿਸਿਓ ਦੀ ਪਰਸੋਨੇ ਇਨਵਾਲਿਦੇ ਮੁਨੀਤੇ ਦਲ ਅਪੋਜ਼ਿਟੋ ਕੰਟਰਾਸੇਨੀਓ। ਸੋ ਇੱਥੇ ਕਹਿੰਦਾ ਜੀ ਇਜਾਜ਼ਤ ਹੈ ਸੋਸਤਾ ਕਰਨ ਦੀ ਗੱਡੀਆਂ ਨੂੰ ਸਰਵਿਸਿਓ ਦੀ ਪਰਸੋਨੇ ਸਰਵਿਸ ਲਈ ਬੰਦਿਆਂ ਦੀ ਇਨਵਾਲਿਦੇ ਜਿਹੜੇ ਕਿ ਅਪਾਹਿਜ ਨੇ ਮੁਨੀਤੇ ਫਿੱਟ ਕੀਤਾ ਹੋਇਆ ਦਲ ਅਪੋਜ਼ਿਟੋ ਕੰਟਰਾਸੇਨੀਓ, ਵੀ ਇੱਕ ਸਪੈਸ਼ਲ ਤਰ੍ਹਾਂ ਦਾ ਮਾਰਕ ਲੱਗਾ ਹੋਣਾ ਚਾਹੀਦਾ ਜਿਹੜਾ ਕਿ ਮਾਰਕ ਇੱਦਾਂ ਦਾ ਹੋਏਗਾ ਵੀ ਇਹ ਮਾਰਕ ਲੱਗਾ ਹੋਣਾ ਚਾਹੀਦਾ ਗੱਡੀ ਉੱਤੇ ਤਾਂ ਹੀ ਉਹ ਇੱਥੇ ਸੋਸਤਾ ਕਰ ਸਕਦੇ ਨੇ। ਠੀਕ ਹੈ ਜੀ, ਵੇਰੋ ਇਲਸੇਨੇ ਵਾਲੇ ਦਾ ਫਿਗਰ ਆਤਾ ਉਨਸੇਨੇ ਵਾਲੇ ਦੀ ਪ੍ਰਿਸਕ੍ਰਿਪਸ਼ਨ ਹੈ, ਕਹਿੰਦਾ ਜੀ ਪਾਬੰਦੀ ਵਾਲਾ ਸਾਈਨ ਇੱਕ। ਠੀਕ ਹੈ ਜੀ, ਵੇਰੋ ਇਲਸੇਨੇ ਵਾਲੇ ਦਾ ਫਿਗਰ ਆਤਾ ਪ੍ਰੈਜ਼ੈਂਟਾ ਉਹਨਾਂ ਸਪੈਸੀਫਿਕਾ ਐਚੈਸੀਓਨੇ ਅਲ ਦਿਵੀਏਤੋ ਦੀ ਸੋਸਤਾ, ਕਹਿੰਦਾ ਜੀ ਸਿਨੇ ਵਾਲੇ ਜਿਹੜਾ ਦੱਸਦਾ ਪਿਆ ਉਹਨਾਂ ਸਪੈਸੀਫਿਕ ਐਚੈਸੀਓਨੇ ਵੀ ਖਾਸ ਤੌਰ ਤੇ ਛੂਟ ਦਿੱਤੀ ਗਈ ਹੈ ਅਲ ਦਿਵੀਏਤੋ ਦੀ ਸੋਸਤਾ। ਠੀਕ ਹੈ ਜੀ, ਜਿਹੜੀ ਦਿਵੀਏਤੋ ਦੀ ਸੋਸਤਾ ਹੁੰਦੀ ਹੈ ਜਿਹੜੀ ਮਨਾਈ ਹੈ ਸੋਸਤਾ ਕਰਨ ਦੀ ਉਹਦੇ ਤੋਂ ਖਾਸ ਤਰ੍ਹਾਂ ਦੀ ਇੱਕ ਛੂਟ ਦਿੱਤੀ ਗਈ ਹੈ ਸਿਰਫ ਅਪਾਹਿਜ ਲੋਕਾਂ ਨੂੰ। ਠੀਕ ਹੈ ਜੀ, ਇਸ ਤੋਂ ਸਿਵਾਏ ਹੋਰ ਕੋਈ ਨਹੀਂ ਕਰ ਸਕਦਾ ਕਿਉਂਕਿ ਇੱਥੇ ਲਿਖਿਆ ਹੋਇਆ ਜਿਹੜੇ ਅਪਾਹਿਜ ਨੇ ਉਹੀ ਇੱਥੇ ਪਾਰਕਿੰਗ ਕਰ ਸਕਦੇ ਨੇ। ਠੀਕ ਹੈ ਜੀ, ਵਧਦੇ ਅਗਲੇ ਕੁਸ਼ਚਨ ਨਾਲ। ਇਲ ਸਿਨੇ ਵਾਲੇ ਰਫੀਗੁਰਾ ਤੋਂ ਨੋਨ ਕੌਨਸੈਂਟ ਲਾ ਸੋਸਤਾ ਆਈ ਵੀ ਕੋਲੀ ਡਿਵੈਰਸੀ ਦਾ ਕੁਐਲੀ ਅਲ ਸਰਵਿਸਿਓ ਦੀ ਪਰਸੋਨ ਇਨਵਾਲਿਡ, ਕਹਿੰਦਾ ਜੀ ਇਜਾਜ਼ਤ ਨਹੀਂ ਹੈਗੀ ਸੋਸਤਾ ਕਰਨ ਦੀ ਗੱਡੀਆਂ ਨੂੰ ਡਿਵੈਰਸੀ ਅਲੱਗ ਹੋਣ ਦਾ ਕੁਐਲੀ ਅਲ ਸਰਵਿਸਿਓ ਦੀ ਪਰਸੋਨ ਇਨਵਾਲਿਡ, ਕਹਿੰਦਾ ਅਪਾਹਿਜ ਬੰਦਿਆਂ ਦੇ ਸਿਵਾਏ ਜਿਹੜੀ ਗੱਡੀ ਦੂਸਰੀਆਂ ਹੁੰਦੀਆਂ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ, ਨੋਨ ਕੌਨਸੈਂਟ ਤੇ ਲਿਖਿਆ ਸੀ। ਠੀਕ ਹੈ ਜੀ, ਫਿਰੋ ਇਲ ਸਿਨੇ ਵਾਲੇ ਰਫੀਗੁਰਾ ਤੋਂ ਕੌਨਸੈਂਟ ਲਾ ਸੋਸਤਾ ਅਲੀ ਸਕੂਲਾਬੂਸ, ਕਹਿੰਦੇ ਸਕੂਲ ਬੱਸ ਨੂੰ ਇੱਥੇ ਇਜਾਜ਼ਤ ਹੈ ਸੋਸਤਾ ਕਰਨੀ, ਨਹੀਂ ਜੀ ਉਹਨਾਂ ਨੂੰ ਨਹੀਂ ਹੈਗੀ, ਫਾਲਸੋ। ਇਲ ਸਿਨੇ ਵਾਲੇ ਰਫੀਗੁਰਾ ਤੋਂ ਇਹਦੀ ਕਾਉਣਾ ਕੁਰਸੀਆ ਰਿਜ਼ਰਵਾਤਾ ਆਈ ਵੀ ਕੋਲੀ ਅਲ ਸਰਵਿਸਿਓ ਦੀ ਪਰਸੋਨ ਇਨਵਾਲਿਡ, ਕਹਿੰਦੇ ਜੇ ਕੁਰਸੀਆ ਹੈ ਰਿਜ਼ਰਵਾਤਾ ਵੀ ਕੁਰਸੀਆ ਬਣਾਇਆ ਗਿਆ ਸਪੈਸ਼ਲ ਗੱਡੀਆਂ ਲਈ ਜਿਹੜੀ ਕਿ ਸਰਵਿਸਿਓ ਦੀ ਪਰਸੋਨ ਇਨਵਾਲਿਡ ਵਿੱਚ ਹੈ। ਠੀਕ ਹੈ ਜੀ, ਮਤਲਬ ਕਿ ਅਪਾਹਿਜ ਬੰਦਿਆਂ ਦੀ ਜਿਹੜੀ ਸਪੈਸ਼ਲ ਕਹਿੰਦੇ ਅਪਾਹਿਜ ਬੰਦਿਆਂ ਦੀ ਜਿਹੜੀ ਸਪੈਸ਼ਲ ਗੱਡੀ ਹੁੰਦੀ ਹੈ ਉਹਨਾਂ ਲਈ ਕੁਰਸੀਆ ਰਿਜ਼ਰਵ ਕੀਤਾ ਗਿਆ, ਇਹ ਕੁਰਸੀਆ ਨਹੀਂ ਰਿਜ਼ਰਵ ਕੀਤਾ ਗਿਆ, ਇੱਕ ਸੋਸਤਾ ਕਰਨ ਇੱਕ ਜਗ੍ਹਾ ਜਿਹੜੀ ਉਹ ਰਿਜ਼ਰਵ ਕੀਤੀ ਗਈ ਹੈ। ਠੀਕ ਹੈ ਜੀ, ਫਾਲਸੋ। ਇਲਸੇ ਵਾਲੇ ਰਫੀਗੁਰਾ ਤੇ ਉਨ ਦੀ ਵੀਏਤੋ ਦੀ ਸੋਸਤਾ ਪੈਰੀ ਵੀ ਕੋਲੀ ਅਲ ਸਰਵਿਸਿਓ ਦੀ ਇਨਵਾਲਿਦ ਐਦ ਇੰਦਿਕਾ ਇਲ ਪਿਊ ਵਿਚੀਨੋ ਪਰਖੇਜੋ, ਕਹਿੰਦਾ ਜੀ ਮਨਾਈ ਹੈ ਸੋਸਤਾ ਕਰਨ ਦੀ ਗੱਡੀਆਂ ਨੂੰ ਜਿਹੜੀਆਂ ਕਿ ਸਰਵਿਸ 'ਚ ਨੇ ਇਨਵਾਲਿਦ ਦੀ ਅਪਾਹਿਜ ਦੀ, ਇੰਡੀਕੇਟ ਕਰਦਾ ਇਲ ਪਿਊ ਵਿਚੀਨੋ ਪਰਖੇਜੋ ਵੀ ਜਿਹੜੀ ਸਭ ਤੋਂ ਨੇੜੇ ਜਿਹੜੀ ਪਾਰਕਿੰਗ ਹੈ ਉਹਨੂੰ ਇੰਡੀਕੇਟ ਕਰਦਾ ਹੈ, ਫਾਲਸੋ। ਇਲਸੇ ਵਾਲੇ ਰਫੀਗੁਰਾ ਤੋਂ ਪ੍ਰਿਆਵੀਜ਼ਾ ਉਹਨਾਂ ਜ਼ੋਨਾ ਵੀ ਅਤਾਤਾ ਅਲ ਟ੍ਰਾਫਿਕੋ ਰੈਗੂਲਾਰੇ ਪਰਕੇ ਅਤਰੇਸਾ ਪਰ ਪਰਸੋਨੇ ਇਨਵਾਲਿਦ, ਕਹਿੰਦਾ ਜੀ ਦੱਸਦਾ ਪਿਆ ਪਨੈਲੋ ਜਿਹੜੀ ਤੁਹਾਨੂੰ ਨੋਟਿਸ ਦਿੰਦੀ ਪਈ ਦੱਸਦੀ ਪਈ ਹੈ ਇੱਕ ਜ਼ੋਨ ਹੈ ਮਨਾਹੀ ਵਾਲਾ ਟ੍ਰੈਫਿਕ ਨੂੰ, ਕਹਿੰਦਾ ਜੀ ਇਹ ਰੋਡ 'ਤੇ ਮਨਾਹੀ ਕੀਤੀ ਗਈ ਟ੍ਰੈਫਿਕ ਨੂੰ ਜਾਣ ਤੋਂ ਕਿਉਂਕਿ ਇਹ ਜਿਹੜਾ ਰੋਡ ਆ ਬਣਾਇਆ ਗਿਆ ਸਪੈਸ਼ਲੀ ਅਪਾਹੀ ਲੋਕਾਂ ਲਈ, ਫਾਲਸੋ। ਕਿਉਂਕਿ ਇੱਥੇ ਚੱਲਣ ਦੀ ਨਹੀਂ, ਇੱਥੇ ਟ੍ਰੈਫਿਕ ਦੀ ਗੱਲ ਨਹੀਂ ਹੁੰਦੀ, ਇੱਥੇ ਪਾਰਕਿੰਗ ਦੀ ਗੱਲ ਹੁੰਦੀ, ਸੋਸਤਾ ਦੀ ਗੱਲ ਹੁੰਦੀ ਹੈ। ਇਲਸੇ ਵਾਲੇ ਰਫੀਗੁਰਾ ਤੋਂ ਨੈਲਸਤਰਾ ਦਾ ਹੋਵੇ ਐਪੋਸਤੋ ਕੁਨਸੈਂਟੇ ਇਲ ਤਰਾਂਜਿਤੋ ਆਈ ਸੋਲੀ ਵੀ ਕੋਲੀ ਅਲ ਸਰਵਿਸਿਓ ਦੀ ਪਰਸੋਨ ਇਨਵਾਲਿਦ, ਸੇਮ ਹੋਈ ਆ ਜੀ, ਕਹਿੰਦਾ ਜਿੱਥੇ ਸੜਕ ਕਹਿੰਦਾ ਜੀ ਸੜਕ 'ਤੇ ਜਿੱਥੇ ਨਿਸ਼ਾਨ ਲੱਗਾ ਹੋਵੇ ਇਜਾਜ਼ਤ ਹੈ ਤਰਾਂਜਿਤੋ ਕਰਨ ਦੀ, ਸੋਲੀ ਵੀ ਕੋਲੀ। ਠੀਕ ਹੈ, ਸਿਰਫ ਗੱਡੀਆਂ ਨੂੰ ਅਲ ਸਰਵਿਸਿਓ ਦੀ ਪਰਸੋਨ ਇਨਵਾਲਿਦ। ਠੀਕ ਹੈ ਜੀ, ਅਪਾਹਿਜ ਬੰਦੇ ਦੀ ਸਰਵਿਸ ਲਈ ਹੀ ਜਿਹੜੀ ਗੱਡੀਆਂ ਜਾਂਦੀਆਂ ਸਿਰਫ ਉਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ। ਠੀਕ ਹੈ ਜੀ, ਹੋਰ ਕਿਸੇ ਨੂੰ ਨਹੀਂ, ਫਾਲਸੋ। ਇਲਸੇ ਵਾਲੇ ਰਫੀਗੁਰਾ ਤੋਂ ਕੌਨਸੈਂਟੇ ਲਾ ਸੋਸਤਾ ਆਈ ਚਿਕਲੋਮੋਤੋਰੀ
ਇਹ ਮੋਟਰਸਾਈਕਲੀ ਕਹਿੰਦਾ ਇਜਾਜ਼ਤ ਹੈ ਸੋਸਤਾ ਕਰਨ ਦੀ ਚਿਗਲੋਂ ਤੋਰੀ ਨੂੰ ਤੇ ਮੋਟਰਸਾਈਕਲੀ ਨੂੰ ਫਾਲਸੋ ਇਲ ਸੇਨਾਲੇ ਰਾਫਿਗਰਾਤੋ ਕੰਸੈਂਟ ਲਾ ਸੋਸਤਾ ਐਸਪੋਨੈਂਡੋ ਇਲ ਤਲਿਆਂਡੋ ਅਮੈਸੋ ਦਾ ਉਨ ਪਾਰਕੀਮੈਟਰੋ ਸੇਮ ਹੋਈ ਜੀ ਪਿਛਲੀ ਵੀਡੀਓ ਵਾਲਾ ਸੋ ਫਾਲਸੋ ਵਧਦੇ ਹਾਂ ਅੱਗੇ 180 ਨੰਬਰ ਪੇਜ ਆਪਣਾ ਸੇਨਾਲੇ ਦੀ ਰੈਗੂਲਾਸੀਓਨੇ ਫਲੈਕਸੀਬਲੇ ਦਲਾ ਸੋਸਤਾ ਇਨ ਚੈਂਟਰੋ ਵਿਦਾਤੋ ਮਤਲਬ ਕਿ ਛੂਟ ਦਿੱਤੀ ਆ ਢੀਲ ਦਿੱਤੀ ਆ ਠੀਕ ਹੈ ਜੀ ਜਿਹੜਾ ਰੂਲ ਹੈ ਸੋਸਤਾ ਇਨ ਚੈਂਟਰੋ ਵਿਦਾਤੋ ਠੀਕ ਹੈ ਜੀ ਪਿੰਡਾਂ ਵਿੱਚ ਜਿਵੇਂ ਕਿਤੇ ਪਿੰਡ ਦਿੱਤੀ ਪਈ ਹੈ ਫਿਰ ਮਾਤਾ ਲਾਊਡਾ ਪਰ ਸੋਸਤਾ ਨਹੀਂ ਇੱਕ ਘੰਟਾ ਆ ਠੀਕ ਹੈ ਤੇ ਇੱਥੇ ਕੀ ਲਿਖਿਆ 7 ਤੋਂ 9 ਐਪਨੈਰੋ ਲਾਗੂ ਹੋਏਗੀ ਤੇ ਫਿਰ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਫਿਰ ਐਪਨੈਰੋ ਲਾਗੂ ਹੋਏਗੀ ਤੇ ਤੁਸੀਂ ਪਾਰਕਿੰਗ ਕਰਨ ਦੀ ਤੁਹਾਨੂੰ ਪਰਮਿਸ਼ਨ ਵੀ ਮਿਲਦੀ ਪਈ ਹੈ ਪਰਮਿਸ਼ਨ ਕਦੋਂ ਮਿਲਦੀ ਪਈ ਹੈ ਜਦੋਂ ਇਹ ਟਾਈਮ ਖਤਮ ਹੋ ਜਾਏਗਾ 7 ਤੋਂ 9 ਵਾਲਾ ਟਾਈਮ ਜਦੋਂ ਖਤਮ ਹੋ ਗਿਆ 9 ਤੋਂ ਲੈ ਕੇ 5 ਵਜੇ ਤੱਕ ਜਾਣ ਗਿਆ ਠੀਕ ਹੈ ਜੀ 9 ਤੋਂ ਲੈ ਕੇ 5 ਵਜੇ ਤੱਕ ਤੁਸੀਂ ਪਾਰਕਿੰਗ ਕਰ ਸਕਦੇ ਹੋ ਫਿਰ ਜਦੋਂ ਇਹਦਾ ਟਾਈਮ ਸ਼ੁਰੂ ਹੋ ਜਾਏਗਾ ਵੀ ਪਾਰਕਿੰਗ ਨਹੀਂ ਕਰ ਸਕਦੇ 5 ਤੋਂ 8 ਵਜੇ ਤੱਕ ਜਦੋਂ 8 ਵੱਜ ਗਏ ਫਿਰ ਤੁਸੀਂ 8 ਤੋਂ 7 ਵਜੇ ਤੱਕ ਪਾਰਕਿੰਗ ਕਰ ਸਕਦੇ ਹੋ ਠੀਕ ਹੈ ਜੀ ਐਸੀ ਸਾਰਾ ਛੋਟਾ ਜਿਹਾ ਬਰੀਫ ਹੁਣ ਵੱਧਦੇ ਹਾਂ ਆਪਣੇ ਕੁਸ਼ਚਨ ਨਾਲ ਇਲ ਸੇਨਾਲੇ ਦਾ ਫਿਗੁਰਾਤੋ ਰਿਪ੍ਰੈਜ਼ੈਂਟਾਤਾ ਉਹਨਾਂ ਰੈਗੂਲਾਸੀਓਨੇ ਦਾ ਸੋਸਤਾ ਕਹਿੰਦਾ ਜੀ ਰਿਪ੍ਰੈਜ਼ੈਂਟ ਕਰਦਾ ਇੱਕ ਰੈਗੂਲਾ ਨੂੰ ਇੱਕ ਨਿਯੰਤਰਣ ਨੂੰ ਸੋਸਤਾ ਦੀ ਠੀਕ ਹੈ ਜੀ ਵੇਰੋ ਇਲ ਸੇਨਾਲੇ ਦਾ ਫਿਗੁਰਾਤੋ ਕੰਸੈਂਟੇ ਲਾ ਸੋਸਤਾ ਦੇ ਲਿਓਰੇ 9 ਵਜੇ ਅਲੇ 17 ਕਹਿੰਦਾ ਜੀ ਇਜਾਜ਼ਤ ਹੈ ਸੋਸਤਾ ਕਰਨ ਦੀ 9 ਵਜੇ ਤੋਂ ਲੈ ਕੇ 5 ਵਜੇ ਤੱਕ 9 ਤੋਂ ਲੈ ਕੇ 5 ਵਜੇ ਤੱਕ ਤੁਸੀਂ ਪਾਰਕਿੰਗ ਕਰ ਸਕਦੇ ਹੋ ਹਮੇਸ਼ਾ ਪਨੈਲੋ ਨੂੰ ਧਿਆਨ ਨਾਲ ਦੇਖਿਓ ਵੀ ਕਿੰਨਾ ਟਾਈਮ ਲਿਖਿਆ ਕਿੰਨਾ ਨਹੀਂ ਲਿਖਿਆ ਕਿਉਂਕਿ ਇਹ ਟਾਈਮ ਦੇ ਵਿੱਚ ਹੇਰ ਫੇਰ ਨਾ ਹੋ ਜਾਏ ਇਹਦੇ 'ਚ ਨਾ ਬੁੰਦਲ ਜਾਇਓ ਸੋ ਹਮੇਸ਼ਾ ਟਾਈਮ ਨੂੰ ਧਿਆਨ ਨਾਲ ਦੇਖ ਕੇ ਹੀ ਆਪਣੇ ਕੁਐਸਚਨ ਨੂੰ ਵੇਰੋ ਜਾਂ ਫਾਲਸ ਸੋਚ ਕਰਿਓ ਠੀਕ ਹੈ ਜੀ ਇਹ ਵੇਰੋ ਆ ਇਲ ਸੇਨਾ ਨੇ ਫਿਗੁਰਾ ਤੋਂ ਵੀਹ ਤਾਲਾ ਸੋਸਤਾ ਦੇ ਲਿਓਰੇ ਜਸੈਤੇ ਅਲੇ ਬੇਨਤੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਕਹਿੰਦਾ ਜੀ ਮਨਾਹੀ ਹੈ ਸੋਸਤਾ ਕਰਨ ਦੀ ਚੈੱਕ ਕਰ ਲੈਂਦੇ ਹਾਂ 5 ਵਜੇ ਤੋਂ ਲੈ ਕੇ 8 ਵਜੇ ਤੱਕ ਮਨਾਹੀ ਹੈ ਸੋਸਤਾ ਕਰਨ ਦੀ ਠੀਕ ਹੈ ਜੀ ਵੇਰੋ ਇਲ ਸੇਨਾ ਨੇ ਫਿਗੁਰਾ ਤੋਂ ਕੰਸੈਂਟੇ ਲਾ ਸੋਸਤਾ ਇਨ ਅਲਕੂਨੇ ਓਰੇ ਇਹ ਲਵਿਅਤਾ ਇਨ ਆਲਤਰੇ ਕਹਿੰਦਾ ਜੀ ਸੋਸਤਾ ਕਰਨ ਦੀ ਇਜਾਜ਼ਤ ਦਿੰਦਾ ਕੁਛ ਘੰਟਿਆਂ ਲਈ ਤੇ ਮਨਾਹੀ ਕਰਦਾ ਬਾਕੀਆਂ 'ਚ ਠੀਕ ਹੈ ਜੀ ਵੇਰੋ ਇਲ ਸੇਨਾ ਨੇ ਫਿਗੁਰਾ ਤੋਂ ਕੰਸੈਂਟੇ ਲਾ ਸੋਸਤਾ ਲੇ ਓਰੇ 20 ਅਲੇ ਓਰੇ 7 ਕਹਿੰਦਾ ਇਜਾਜ਼ਤ ਦਿੰਦਾ ਸੋਸਤਾ ਕਰਨ ਦੀ 8 ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਪਾਰਕਿੰਗ ਕਰ ਸਕਦੇ ਹੋ ਠੀਕ ਹੈ ਜੀ ਵੇਰੋ ਇਲ ਸੇਨਾ ਦਾ ਫਿਗੁਰਾ ਤੋਂ ਵੀਹ ਤਾਲਾ ਸੋਸਤਾ ਜਲੇ ਓਰੇ 7 ਅਲੇ ਓਰੇ 9 ਵਜੇ ਕਹਿੰਦਾ ਜੀ ਮਨਾਹੀ ਆ ਸੋਸਤਾ ਕਰਨ ਦੀ 7 ਤੋਂ ਲੈ ਕੇ 9 ਵਜੇ ਤੱਕ ਮਨਾਹੀ ਆ ਸੋਸਤਾ ਕਰਨ ਦੀ 7 ਤੋਂ ਲੈ ਕੇ 9 ਵਜੇ ਤੱਕ ਵੇਰੋ ਇਲ ਸੇਨਾ ਦਾ ਫਿਗੁਰਾ ਤੋਂ ਨਹੀਂ ਚਿੰਤਰੇ ਬਿਤਾਤੀ ਕੰਸੈਂਟੇ ਲਾ ਸੋਸਤਾ ਦਲੇ ਓਰੇ 20 ਅਲੇ ਓਤੋ ਕਹਿੰਦਾ ਜੀ ਸ਼ਹਿਰਾਂ ਵਿੱਚ ਇਜਾਜ਼ਤ ਹੈ ਸੋਸਤਾ ਕਰਨ ਦੀ 8 ਤੋਂ ਲੈ ਕੇ 8 ਵਜੇ ਤੱਕ ਸੋਸਤਾ ਕਰਨ ਦੀ ਇਜਾਜ਼ਤ ਹੈ ਇੱਥੇ ਕਿਤੇ ਨਹੀਂ ਲਿਖਿਆ 8 ਤੋਂ 8 ਯਾਨੀ ਕਿ ਫਾਲਸੋ ਆ ਇਲ ਸੇਨਾਲੇ ਦਾ ਫਿਗੁਰਾ ਤੋਂ ਇੰਡੀਕਾ ਉਹਨਾਂ ਜ਼ੋਨਾ ਦੈਸਟੀਨਾਤਾ ਅਲ ਪਰਕੇਜੋ ਕੋਨ ਇੰਪੀਏਗੋ ਦਲ ਡਿਸਕੋ ਰਾਰੀਓ ਡਿਸਕੋ ਰਾਰੀਓ ਤੁਹਾਨੂੰ ਪਤਾ ਹੀ ਕੀ ਸੀ ਜੀ ਸੋ ਉਹ ਕਹਿੰਦਾ ਵੀ ਇੱਕ ਜ਼ੋਨ ਹੈ ਬਣਾਇਆ ਗਿਆ ਪਰਕੇਜੋ ਲਈ ਕੋਨ ਇੰਪੀਏਗੋ ਮਤਲਬ ਕਿ ਵਰਤੋਂ ਕਰਕੇ ਡਿਸਕੋ ਓਰਾਰੀਓ ਦੀ ਠੀਕ ਹੈ ਜੀ ਸੋ ਇਹ ਕਹਿੰਦਾ ਜੀ ਵੀ ਇੱਕ ਜਗ੍ਹਾ ਹੈ ਜਿਹੜੀ ਬਣਾਈ ਗਈ ਆ ਪਰਕੇਜੋ ਲਈ ਯੂਜ਼ ਕਰਦੇ ਹੋਏ ਡਿਸਕੋ ਓਰਾਰੀਓ ਦਾ ਠੀਕ ਹੈ ਜੀ ਡਿਸਕੋ ਓਰਾਰੀਓ ਦਾ ਠੀਕ ਹੈ ਜੀ ਫਾਲਸੋ ਇਲ ਸੇਨਾਲੇ ਦਾ ਫਿਗੁਰਾ ਤੋਂ ਵੀ ਤਲਾ ਫਰਮਾਤਾ ਦੇ ਵੀਕੋਲੀ 3 ਓਰੇ 17 ਦੇ ਉੱਤੋਂ ਹੁਣ ਇੱਥੇ ਧਿਆਨ ਨਾਲ 5 ਵਜੇ ਤੋਂ ਲੈ ਕੇ ਕਹਿੰਦਾ 8 ਵਜੇ ਤੋਂ ਤੁਸੀਂ ਇੱਥੇ ਫਿਰਮਾਤਾ ਨਹੀਂ ਕਰ ਸਕਦੇ 5 ਵਜੇ ਤੋਂ ਲੈ ਕੇ ਕਹਿੰਦਾ 8 ਵਜੇ ਤੁਸੀਂ ਫਿਰਮਾਤਾ ਨਹੀਂ ਕਰ ਸਕਦੇ ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਆ ਫਿਰਮਾਤਾ ਤੇ ਕਰ ਸਕਦੇ ਆ ਪਰ ਸੋਸਤਾ ਨਹੀਂ ਕਰ ਸਕਦੇ ਠੀਕ ਹੈ ਜੀ ਆਪਣੇ ਲੋਕ ਦਾ ਇਹੀ ਮਤਲਬ ਹੈ ਨਾ ਪਰ ਇੱਥੇ ਨਹੀਂ ਲਿਖਤਾ ਫਿਰਮਾਤਾ ਸੋ ਇੱਥੇ ਫਾਲਸ ਹੋ ਗਿਆ ਧਿਆਨ ਨਾਲ ਥੋੜਾ ਜਿਹਾ ਠੀਕ ਹੈ ਜੀ ਇਲ ਸੇਨਾਲੇ ਦਾ ਫਿਗੁਰਾ ਤੋਂ ਕੰਸੈਂਟੇ ਇਲ ਪਰਕੇਜੋ ਦੇ ਲੇ ਓਰੇ 7 ਅਲੇ 9 ਵਜੇ 7 ਤੋਂ 9 ਕਹਿੰਦਾ ਤੁਸੀਂ ਪਾਰਕਿੰਗ ਕਰ ਸਕਦੇ ਹੋ ਕੰਸੈਂਟੇ ਇਲ ਪਰਕੇਜੋ ਨਹੀਂ ਫਾਲਸੋ ਵਧਿਆ ਅੱਗੇ ਨੈਲੇ ਓਰੇ ਇਨ ਕੁਈ ਆ ਵਿਆਤਾ ਤਾਲਾ ਸੋਸਤਾ ਇਲ ਸੇਨਾਲੇ ਦਾ ਫਿਗੁਰਾ ਤੋਂ ਕੰਪੋਰਤਾ ਲਾ ਰਿਮੋਸੀਓਨੇ ਦਲ ਵੀ ਕੋਲੋ ਕਹਿੰਦਾ ਜੀ ਜਿਹੜੇ ਘੰਟੇ ਦਿਖਾਏ ਗਏ ਨੇ ਉਦੋਂ ਵਿਆਤਾ ਤਾ ਏ ਸੋਸਤਾ ਕਰਨਾ ਮਨਾਹੀ ਏ ਸੋਸਤਾ ਕਰਨ ਦੀ ਸੇਨਾਲੇ ਕਹਿੰਦਾ ਪਿਆ ਕੰਪੋਰਤਾ ਵੀ ਹੋ ਸਕਦਾ ਹੈ ਗੱਡੀ ਨੂੰ ਚੁੱਕਿਆ ਜਾਵੇ ਠੀਕ ਹੈ ਜੀ ਫਾਲਸੋ ਆ ਜੀ ਹੁਣ ਵੱਧਦੇ ਹਾਂ ਅੱਗੇ 180 ਕੰਪਲੀਟ ਹੋ ਗਿਆ 181 ਨੰਬਰ ਪੇਜ ਸੇਨਾਲੇ ਦੀ ਪਰਕੇਜੋ ਹੁਣ ਇਹ ਪੀ ਜੀ ਅੱਡ ਡਾਇਰੈਕਸ਼ਨ ਲਿਖਿਆ ਹੋਇਆ ਜਾਂਦਾ ਮਤਲਬ ਹੈ ਜੀ ਪਾਰਕਿੰਗ ਇੱਥੇ ਟੁੱਟ ਕੇ ਪੈ ਜਾਓ ਪਾਰਕਿੰਗ ਨੂੰ ਬਸ ਜਿੱਥੇ ਤੁਹਾਨੂੰ ਪੀ ਮਿਲ ਜੇ ਵੱਧਦੇ ਹਾਂ ਜੀ ਪਹਿਲੇ ਕੁਐਸਚਨ ਨਾਲ ਇਲ ਸੇਨਾਲੇ ਦਾ ਫਿਗੁਰਾ ਤੋਂ ਇੰਦਿਕਾ ਉਨ ਪਰਕੇਜੋ ਉਤਰੀ ਜਾਤੋ ਕਹਿੰਦਾ ਜੀ ਇੰਡੀਕੇਟ ਕਰਦਾ ਇੱਕ ਪਾਰਕਿੰਗ ਹੈ ਅਥੋਰਾਈਜ਼ਡ ਵੇਰੋ
Il segnale raffigurato indica un'area attrezzata ed organizzata per sostare a tempo determinato, salvo diversa indicazione. Ok, e te che andava? Indicare carta e che rienu attrezzata e rabbana aghe organizzata per sostare. Mi dite si parking l'asag de or a tempo indeterminato. Tempo indeterminato, ma che unlimited time. Indeterminato contratto vi andava, ma che unlimited timely. Ti che salvo diversa indicazione. Nei te che andava te or qui pennello e indication la ghi vero? Il segnale raffigurato indica un'area parcheggio e può essere integrato con un pannello che ne indica distanza. Candagli che area è parcheggio 40. Può essere integrato con un pannello. Abbiamo di check pannello di Ghihoegi. Che ne indica la distanza. Vedi distanza non indica che devi che ne distanza due parking. Pannello è valido. Ti check pannello di Ghihoegi. Tenso metro due parking. Ti chiedi vedi agli equazionali. Il segnale raffigurato indica un'area parcheggio e può essere integrato con un pannello che indica le categorie cui la stessa è riservata. Candagli nel check pannello di Ghihoegi. Gli indica che categorie non. Qui la stessa è riservata, abbiamo otto special per andare a riservare parking, ok? Vero? Il segnale raffigurato indica un'area di parcheggio e può essere integrato con un pannello che indica le categorie di veicoli esclusi. Ma tra che c'è il pannello di Ghihoegi, gli indica che categorie non, gli indica esclusi, non gli indica di parking e te, allow non è, ok? Io gli indica di pannello di Ghihoegi, gli indica parking nei lasso, vero? Il segnale raffigurato indica un'area di parcheggio e può essere integrato con un pannello che ne indica la limitazione nel tempo. Candy time di limit, limitazione di limit, time di. Indicare che time di limit di cosa di, vero? Il segnale raffigurato indica un'area di parcheggio e può essere integrato con un pannello che indica l'orario e le tariffe. Candy di pannello di cosa di indicare che time di tariffe, non matter chi na carciaiga per contento samnar. Tigli, vero? Il segnale raffigurato indica un'area parcheggio e può essere integrato con un pannello indicante la disposizione dei veicoli. Candagli, il pannello che inizia di indicare la disposizione dei veicoli, ma che stricca non credo abbia visto gaddi anni. Bigadino che di vece di carna, patrici di carna, sidi di carna, gaddi di pizza di carna, che sa male, o sarà disposizione vece di tavola, ma che dabbè, ma che pannello che inizia da segui, che da gaddi di carna, vero? Il segnale raffigurato indica un'area di sosta. Con parchimetro, che ne dice che lì è già la sosta per parchimetro, non altri che dato che parcheggio non dipende, devo tenere sì, sosta carsa falso. Il segnale raffigurato indica che la parcheggio è ammesso dalle 8 alle 20. Ma dato che di parcheggio carsa che devo attuare che attuare falso, e dammi che andate a il segnale raffigurato indica un'area in cui è possibile la sosta al massimo per un'ora. Che andate a indicare di possibile sosta karna jada tu jada ek ghante li. Falso, il segnale raffigurato indica la sosta libera ma con divieto di fermata. Kanda ji indicate karta bhi soste di ijazat hai par manai hai fermata karandi. Falso, il segnale raffigurato indica un'area di parcheggio riservata ai veicoli della polizia di stato. Kanda ji indicate karta hai parcheggio nu jil ki riserve gaddiyan nu plus diyan, theek hai ji? Polizia di Stato di Grianuce, parking landi, esatto. Falso, il segnale raffigurato indica un'area di parcheggio e può essere integrato con un pannello che indica la superficie disponibile. Candagi, nella nicciana, nel check pannello di Ghihoegi, giudichi superficie, ma che è stata farsa disponibile, perché ne è farsa né te, chi ne mangiaia. Falso, il segnale raffigurato indica un'area di parcheggio. E può essere integrato con un pannello di prescrizione di lasciare la chiave in quadro. Wow. Che andate di Echeria? Perché Giuda? O Sagda integrato che tahove? Pabandia la sign di lasciare Chardini Penny chiave Chabi in quadro. Madre che c'è Pabandia il pannello di Hoegi di Echegi Bichabi Chardini Penny Chabi alle Sochevich. Gli tappa Chabi Paidi. Yourself Marigi che andate di Chabi Chardini Penny. Falso. 182 लास्ट पेज है जी अपना है आई थिंक हाँ जी लास्ट पेज है जी है उसके बाद फिर चौथा चैप्टर होना शुरू हो जाएगा सिनेरियो दी प्रीअविजो दी परकेजो प्रीअविजो मतलब कि सूचना देना नोटिस देना दी परकेजो कहना पार्किंग दी सूचना दे रहे हैं देखो जी पार्किंग तो नीचे सूचना दे रहे हैं
300 मीटर नोटिस देन दे, ठीक है जी 300 मीटर दूर है। वध्या हैं जी पहले क्वेश्चन नाल, लिसेने वाले रफिगुरा था प्रणुंचा के नाले दृश्यों ने तेला फ्रेचा भी आउं पर के जो कहता जी दसदा पाया भी डायरेक्शन जी की फ्रेचे नाल दिखाई गई है, तीर नाल दिखाई गई है, फ्रेचा मतलब तीर, उत्थे एक पार्किंग है। वेरो लिसेने वाले रफिगुरा था प्रणुंचा उन्हें जोना भी पर के जो प्रोचेदेंदो नाला सेंसो दी फ्रेचा, कहता जी दसदा पाया एक जोन है पार्किंग वाला, जेकर आप चलीए प्रोसीड करिए तुरीए इनसेंसो उस दिशा में जिथे तीरा तीर वाली दिशा में जाके अपन पार्किंग मिल सकती है। वेरो वधदे हैं जी अगले क्वेश्चन अब, इल सेने वाले रफिगुरा प्रणुंचान परकेजो आ 300 मीटरी नल सेंसो दला फ्रेचा, कहता जी एक पार्किंग है 300 मीटर अगे जी दिशा में फ्रेचा है तीर है, ठीक है जी। वेरो इल सेने वाले रफिगुरा प्रणुंचा उन पोस्टो दी प्रोंतो स्कोरसो नल सेंसो दी फ्रेचा, कहते जी एक प्रोंतो स्कोरसो है तीर की दिशा में। फालसो इल सेने वाले रफिगुरा प्रणुंचा उन परकेजो वियतातो दल सेंसो दला फ्रेचा, कहता जी पार्किंग की मनाही है जड़ी दिशा में तीर। फालसो इल सेने वाले रफिगुरा प्रणुंचा के ला सोस्ता एल परकेजो सुनो वियताती नल सेंसो दला फ्रेचा, कहता जी सोस्ता करना ते पार्किंग लाना मनाही है दिशा में तीर वाली। फालसो इल सेने वाले रफिगुरा प्रणुंचा प्रोचेदरे ओल्त्रे परके इल परकेजो ए रिजर्वातो, कहता जी प्रोसीड करो मतलब के जी अगे वधो क्योंकि जी पार्किंग है वो रिजर्व है, ठीक है जी। अपने जो चैप्टर ने दूसरा चैप्टर पूरा हो चुका है, तीसरा चैप्टर सॉरी। तो बाय बाय करने तो पहला जी अपना वही सेम लैक्चर लाइक करो शेयर करो सबसक्राइब तो जरूर करो, जिन्हें भी अभी तक सबसक्राइब नहीं किया सबसक्राइब जरूर करो, जिन्हें करता उन्होंने धन्यवाद। सारी की सारी वीडियो देखा करो क्योंकि एक भी अगर वीडियो तुम मिस करते हो तो तुम किधरों ना किधरों कोई ना कोई बारीकी वाली भी चीज़ जी मिस कर जाओगे। सो हर वीडियो नो पूरा देखो ध्यान नाल देखो तो सारी की सारी वीडियो देखो तो सीरियल वाइज देखो, जिवें अज 36वां एपीसोड आ तो तुम 36वां पूरा देखना, तो इस पिछले जो 35 एपीसोड जो अपलोड हुए हैं वो भी देखो, जिन्होंने देख लिया उन्होंने बहुत बहुत धन्यवाद। मिलेंगे अगली वीडियो में, तद तक लई रब राखा।